हाँ जी जी की हाल चाल, सत श्री अकाल। मैं बनो तो थोड़ा स्वागत है जी मेरे यूट्यूब चैनल पर घेंट जे ब्लॉग दे विच। ते अज मैं जा रहा जी काम ते, ये वे कपड़े सवा अठ हो गया, तैयार होने बाइक ते मिलदा जी। ठीक है जी, सवा अठ हो गया, रोटी खानी है, मिलदे हैं फिर बाइक ते। मोटो ब्लॉग मिलेगा ब्लॉग दे विच। ठीक है जी, मिलदे हैं। हाँ एक होर, जो वीडियो बढ़िया लगी तो लाइक शेयर तो सबसक्राइब जरूर कर दी, और हाँ बैल आइकन जरूर दब दी, बहुत जरूरत है ताकि सपोर्ट दी। ठीक है जी, तो सबसक्राइब जरूर कर दी चैनल में। काफ़ी 94% जोड़े बंदे आ चैनल में बिना सबसक्राइब किए देख रहे हैं, प्लीज़ सबसक्राइब कर दो चैनल। ठीक है जी, मिलते हैं फिर मोटो ब्लॉग मोड पर। मैडम रोटी बन गई, झाड़ू फेर हों बनी रोटी आ जाओ। चलो रोटी खाने फिर मिलते हैं जी। बाबा लो जी, रेडी हो गए हैं, तो साडा समान भी रेडी है, देखो समान साडा रेडी। रोटी खाने फिर निकलते हैं जी। ठीक है जी, अज जाना है मानसर। अरे सवेरे नाटक शुरू हो गया, सवेरे नाटक शुरू है ना। सारा दिन नहीं चलना, नहीं कि देख ले है। चलो रोटी खाने फिर मिलते हैं जी। बाय। लो जी, बड़े दिनों बाद मोटो ब्लॉग शूट कर रहे हैं, चलते हैं, मिलते हैं डडवाल साहब नूं जाके गढ़दी आ। ठीक है जी, चलो ओके। चलो जी डडवाल साहब नूं मिलते हैं, गढ़ जाके। काफ़ी टाइम बाद मोटो ब्लॉग आए हैं। हाँ काफ़ी टाइम बाद बाइक चला के मज़ा आ रहा, मतलब के दो हफ्ते, हाँ एक हफ्ते बाद। ब्रेक कसान आ गया, एक हफ्ते बाद बाइक चला रहे हैं। गर्मी बहुत हो गई है, ये सड़क पता नहीं कदों बननी है। साड़ी पुली हजे तक नहीं बनी, 6 महीने हो गया, 6 महीने तो उपर। ये रोड भी पता नहीं कदों बननी है। लो जी इतने उचाले पैन लग पे, देखो पानी के दगड़ा रोड पे। बालनी बाद चो टुट पहले जानी गए लापे टुटना, देखो नहीं तो सीधा इधर तो आ जाना सी, घूम के आना पैंदा। पुली हजे तक नहीं बनाई, कणका का रंग भूरा हो गया जी, सुनहरी हो गया, सुनहरी कणका का रंग हरे तो सुनहरी हो गया।
ਸਾੜੀ ਕੰਜਾ ਦਰਿਆਵਾਂ ਵੀ ਹੋ ਗਿਆ ਜੀ। ਉਹ ਮੁੰਡਾ ਪਿੰਡ ਦਾ ਸੀ, ਸ਼ਹਿਰ ਆ ਕਈ ਸ਼ਹਿਰੀ ਹੋ ਗਿਆ। ਅਪ੍ਰੈਲ ਮਹੀਨਾ ਚੜ੍ਹ ਗਿਆ ਜੀ, ਅਤੇ 13 ਅਪ੍ਰੈਲ ਨੂੰ ਹੈਗੀ ਵਿਸਾਖੀ। ਵਿਸਾਖੀ ਵਾਲੇ ਦਿਨ ਵਾਢੀ ਸ਼ੁਰੂ ਹੋ ਜਾਂਦੀ ਹੈ ਜੀ। ਉਹ 10 ਕੁ ਦਿਨ 10 ਕੁ ਦਿਨਾਂ 'ਤੇ ਵਾਢੀ ਸ਼ੁਰੂ ਹੋ ਜਾਣੀ ਹੈ। ਖੜ੍ਹ ਜਾ, ਚੱਲ ਬੂੜੋ ਵਾੜੀ ਆ ਗਿਆ ਜੀ। ਬੂੜੋ ਵਾੜੀ ਚਲੋ ਮਿਲਦੇ ਹਾਂ ਹੁਸ਼ਿਆਰਪੁਰ ਪਹੁੰਚ ਗਏ। ਲਓ ਜੀ ਪਹੁੰਚ ਗਏ ਆਪਾਂ ਹੁਸ਼ਿਆਰਪੁਰ, ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਵੈਲਕਮ ਯੂ। ਮੈਨੂੰ ਆਉਣਾ ਇਸਲਾਮਾਬਾਦ ਵਾਲਾ ਰੋਡ ਬਹੁਤ ਗੰਦਾ ਲੱਗਦਾ, ਇੱਥੋਂ ਲੰਘਣਾ ਬਹੁਤ ਔਖਾ ਹੈ। ਇੰਨਾ ਰਸ਼ ਹੁੰਦਾ ਨਾ ਇੱਥੇ, ਅੱਜ ਤਾਂ ਫੇਰ ਵੀ ਘੱਟ ਹੈ। ਆਹ ਦੇਖੋ, ਆਹ ਦੇਖੋ, ਨਾ ਇੰਡੀਕੇਟਰ ਨਾ ਵਾਸਤਾ ਕੁਛ ਨਹੀਂ। ਲਓ ਜੀ ਗੜ੍ਹ ਦੀ ਵਾਲ ਆ ਗਏ ਆਪਾਂ। ਇਹ ਆ ਜੀ ਗੜ੍ਹ ਦੀ ਵਾਲ ਦਾ ਬੱਸ ਸਟਾਪ। ਟਿੱਪਕ ਕਿੱਥੇ ਖੜਾ ਆ? ਪਹੁੰਚਿਆ ਨਹੀਂ ਹਜੇ ਮਹਾਰਾਜ। ਚਲੋ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ। ਆਉਂਦੇ ਵੇ ਦਰਬਾਰ ਸਾਹਿਬ ਸਾਡੇ, ਆ ਦੇਖ ਆਉਂਦੇ ਵੇ ਦਰਬਾਰ ਸਾਹਿਬ। ਦਰਬਾਰ ਸਾਹਿਬ ਕੀ ਹਾਲ ਚਾਲ? ਆ ਗਏ ਹਾਂ। ਵਧੀਆ। ਅੱਜ ਕਿੱਦਾਂ ਤਿਆਰੀ ਆ? ਮਾਨਸਰ ਦੀ ਚਲੀਏ। ਚਲੋ ਫਿਰ। ਲਓ ਜੀ ਮੁਕੇਰ ਵੀ ਆ ਗਏ ਆਪਾਂ। ਆਰਮੀ ਵਾਲੀ ਗਰਾਊਂਡ, ਆਰਮੀ ਦੀ ਹਾਜੀਪੁਰ 14 ਤਲਵਾੜਾ 28 ਕਿਲੋਮੀਟਰ ਹੈ ਜੀ ਇੱਥੇ। ਮੁਕੇਰੀਆਂ ਦੀਆਂ ਲਾਈਟਾਂ ਆ ਗਈਆਂ ਪਹਿਲੀਆਂ। ਇਹ ਚੱਲਦੇ ਜਾਂ ਹਾਜੀਪੁਰ ਅਤੇ ਤਲਵਾੜੇ ਨੂੰ ਰਸਤਾ। ਇੱਥੇ ਬਹੁਤ ਰਸ਼ ਹੁੰਦਾ ਯਾਰ, ਬਹੁਤ ਟ੍ਰੈਫਿਕ ਜਾਮ ਹੁੰਦਾ। ਗੁਰਦਾਸਪੁਰ 24 ਕਿਲੋਮੀਟਰ, ਪਠਾਨਕੋਟ 38 ਕਿਲੋਮੀਟਰ। ਕਿਆ ਬਾਤ ਹੈ। ਚਲੋ ਜੀ ਮਿਲਦੇ ਹਾਂ ਫਿਰ ਥੋੜ੍ਹੀ ਦੇਰ ਬਾਅਦ। ਅਸੀਂ ਪਹੁੰਚ ਗਏ ਹਾਂ ਆਪਣੀ ਸਾਈਡ 'ਤੇ ਬੈਠੇ ਨਾਲ। ਵੈਦਰ ਬਹੁਤ ਹੋਊਗਾ, ਬਹੁਤ ਗਰਮੀ ਗਰਮੀ ਦੇਖਦੇ ਹਾਂ। ਸਾਹਮਣੇ ਮਿਲਦੇ ਹਾਂ, ਸਾਹਮਣੇ ਮਿਲਦੇ ਆਪਣੇ ਮਿਲਦੇ ਹਾਂ ਜੀ। ਹਾਂਜੀ ਨੋਟੇ ਸਾਹਿਬ, ਕੀ ਕਰ ਰਿਹਾ, ਕੀ ਕਰਕੇ ਹਟੇ ਹਨ? ਅਸੀਂ ਜੀ ਬੱਸਾਂ ਦੇ ਕੈਮਰੇ ਚੈੱਕ ਕੀਤੇ ਆ ਜੀ, ਬਹੁਤ ਮਾੜੀ ਹਾਲਤ ਆ ਜੀ, ਬਹੁਤ ਮਾੜੀ ਹਾਲਤ। ਕੈਮਰੇ ਦੇਸੀ ਜੁਗਾੜ ਹੀ ਲਾਏ ਹੋਏ ਆ ਜੀ, ਰਬੜਾਂ ਹੀ ਫਿੱਟ ਕੀਤੀਆਂ ਹੋਈਆਂ ਜੀ। ਆਹ ਦੇਖੋ, ਆਹ ਦੇਖੋ, ਰਬੜਾਂ ਵਾਲੇ ਕਿੱਸੇ, ਰਬੜਾਂ ਵਾਲੀ ਕੱਟੀ ਹੋਈ ਵੀਡੀਓ ਬਣਾਉਣੀ ਸੀ। ਹੋਰ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੱਸ ਦਿਓ, ਇੱਕ ਗੱਡੀ ਇੱਦਾਂ ਦੀ ਸੀ 32 ਨੰਬਰ ਬੱਸ, ਤੁਹਾਨੂੰ ਦਿਖਾ ਵੀ ਦਊਗੇ। ਪਿੱਛੇ ਲਿਖਾਇਆ ਉਹਦੇ GPS ਅਤੇ CCTV ਨਾਲ ਕਵਰ ਆ, ਕੈਮਰਾ ਕੋਈ ਵੀ ਨਹੀਂ। ਸਤਾਰਾਂ ਨੰਬਰ ਗੱਡੀ। ਚੱਲ ਫਿਰ, ਚਲੋ ਜੀ, ਚਲੋ ਜੀ ਮਿਲਦੇ ਹਾਂ ਜੀ। ਆਹ ਕੈਮਰੇ ਲੱਗੇ ਜੀ, ਆਹ ਵਾਲੇ ਦੱਸੋ। 17 ਨੰਬਰ ਗੱਡੀ ਲੈ ਐਂਟਰ ਕਰਨਾ, ਫਿਰ ਦਿਖਾਉਂਦੇ ਹਾਂ। ਆਹ 32 ਨੰਬਰ ਗੱਡੀ ਦਾ ਕਹਿ ਰਿਹਾ ਸੀ ਕੈਮਰਾ ਹੀ ਵਿੱਚ, ਇਹਦੇ ਵਿੱਚ ਇਹ ਆ ਗਈ 17 ਨੰਬਰ। ਇਹ ਦੇਖ ਆਹ 17 ਨੰਬਰ। ਇਹਦਾ ਹੁਣ ਕੈਮਰਾ ਚੈੱਕ ਕਰੂੰਗੇ ਜੀ ਆਪਾਂ।
ਕਿੱਥੇ ਲੱਗਾ ਕੈਮਰਾ? ਠੀਕ ਹੈ ਜੀ, ਦੇਖ ਰਹੇ ਹਾਂ ਚਾਰਜਰ ਚੱਲਦਾ ਇਹਦਾ ਨਹੀਂ ਚੱਲਦਾ, ਜਗਾੜੂ ਕੰਮ ਹੋਇਆ। ਲਓ ਜੀ ਸੋਚ ਲਾਇਆ ਜੀ, ਆਹ ਦੇਖੋ ਜੀ ਚਾਰਜਰ ਨਹੀਂ ਚੱਲਦਾ ਪਿਆ ਇਹਦਾ। ਚਾਰਜਰ ਕਿਵੇਂ ਚੱਲੇਗਾ ਜੀ, ਤਾਰਾਂ ਹੀ ਸੋਚਣਾ ਮੈਂ ਬੰਦ ਕਰ ਲੱਗਿਆ ਵਾ ਜੀ। ਲਓ ਜੀ ਤਾਰ ਚੱਲ ਗਈ ਹੈ ਸਾਰੀ, ਬਹੁਤ ਬੁਰੀ ਹਾਲਤ ਹੋਈ ਹੈ ਜੀ। ਡਵਾਲ ਸਾਹਿਬ ਕੀ ਕੀਤਾ ਜਾਵੇ ਹੁਣ ਇਹਦਾ? ਇਹਦਾ ਤਾਰ ਪਾਵਾਂਗੇ, ਪਾਓ ਫਿਰ ਜੁਗਾੜ ਕਰਾਂਗੇ ਇਹਦਾ ਕੋਈ ਨਾ ਕੋਈ। ਆਹ ਲਈ ਆ ਪਾਵਰ, ਠੀਕ ਆ ਚਲੋ ਜੀ ਮਿਲਦੇ ਥੋੜ੍ਹੀ ਦੇਰ ਬਾਅਦ। ਲਓ ਜੀ ਪਾਹੋਵਾਲ ਪਹੁੰਚ ਗਏ ਹਾਂ, ਪੈਟਰੋਲ ਪਵਾਉਂਦੇ ਹਾਂ। ਅੱਛਾ ਪੈਟਰੋਲ ਪਵਾ ਲਓ ਜੀ 350। ਖੜ ਜਾ ਬਿੱਲ ਦੇ ਦੇਈਂ ਇਹਦੇ ਯਾਰ, ਬਾਈਕ ਨੰਬਰ ਪਾ ਦੇ। 104 ਰੁਪਏ ਨੂੰ ਹੋ ਗਿਆ। ਭਰ ਗਏ ਭਰ ਗਏ ਭਰ ਗਈ ਤੁਸੀਂ ਦੱਸਿਓ ਜੀ ਤੁਹਾਡੇ ਕੀ ਪ੍ਰਾਈਸ ਚੱਲਦਾ ਉੱਧਰ? 104 ਰੁਪਏ 4 ਪੈਸੇ ਹੋ ਗਿਆ ਪੈਟਰੋਲ। ਹੰਗੂਰਾ ਗ੍ਰੇਪਸ ਕਦੋਂ ਆਇਆ ਸੀ? ਆਏ ਰੋਈ ਰੋਈ ਕੀਤੀ ਕਾਹਤੇ? ਆ ਸਕੂਲੇ ਤਾਂ ਨੀ ਤੂੰ ਆਏ ਰੋਈ ਕੀਤੀ? ਕੀਤੀ ਆ ਉੱਥੇ ਟੇਬਲ ਦਿੱਤਾ ਬੈਠੀ ਦਾ ਹੁੰਦਾ, ਤੂੰ ਲੈਗਸ ਉੱਪਰ ਰੱਖ ਕੇ ਪੈਂਦਾ ਆ। ਕਿੱਦਾਂ ਪੈਂਦਾ ਹੈ? ਸੀਟਿੰਗ ਵਾਲੀ ਨਾ ਪਿਛਲੀ ਫਰੰਟ ਉੱਚਾ ਪਲੱਥਾ ਰੱਖ ਕੇ ਬੈਠਾ। ਕਿੱਦਾਂ ਵੇ ਆਈ ਕੀ ਪੜਿਆ ਵਾ ਸਕੂਲੇ? ਆਈ ਕੀ ਪੜਾਇਆ ਸਕੂਲੇ? ਮੰਮੀ ਨੇ ਮੰਮਾ ਦੇ ਜਾ ਮੰਮਾ ਦੇ ਜਾ ਮੰਮਾ ਦੇ ਜਾ ਇਹ ਪੜਿਆ ਮੰਮਾ ਕੋ ਜਾਣਾ ਮੰਮਾ ਕੋ ਜਾਣਾ ਮੰਮਾ ਕੋ ਜਾਣਾ। ਹੋਮਵਰਕ ਮਿਲਿਆ ਹੈ? ਕੀ ਮਿਲਿਆ? ਹੋਮਵਰਕ ਦਿਖਾਓ ਚੈੱਕ ਕਰਾਓ। ਸਕ੍ਰਿਬਲਿੰਗ ਆ ਇਹ ਕੀ ਆ? ਇਹ ਕੱਲ ਕਰਵਾਈ ਸੀਗੀ। ਏ ਸਟਾਰ ਸਟਾਰ ਆ ਜਾ ਵਾਲਾ ਆ ਸੇਮ ਸੇਮ ਹੋਮਵਰਕ ਕਰਾਓ ਫੇ ਸਰਕਲ ਕਰਾਓ ਫੇ ਹੋਮਵਰਕ ਕਰਾਓ। ਇੰਗਲਿਸ਼ ਵਾਲੀ ਕਾਪੀ ਵੀ ਕਰਾ। ਮੈਨੂੰ ਤਾਂ ਪਲੇਨ ਕਾਪੀਆਂ ਲੈ ਕੇ ਦੇਣੀਆਂ ਚਾਹੀਦੀਆਂ। ਫਸਟ 3-4 ਡੇਜ਼ ਤੋਂ ਸਕ੍ਰਿਬਲਿੰਗ ਨਹੀਂ ਕਰਵਾਉਣੀ ਮੈਂ, ਫਿਰ ਸਲਾਂਡਿੰਗ ਨਾਲ ਸਟਾਰਟ ਕਰਵਾਉਂਗਾ। ਕਾਕੇ ਹੈਲੋ ਕਰ ਲਾ ਫਿਰ ਉੱਧਰ ਲਿਆ ਤਨਾ ਬਾਏ ਕਰਦੇ ਫਿਰ ਹੁਣ ਬਾਏ ਕਰਦੇ। ਹਾਂਜੀ ਲਓ ਜੀ ਅੱਜ ਦਾ ਬਲੌਗ ਇੱਥੇ ਤੱਕ ਹੀ ਰੱਖਦੇ ਹਾਂ, ਮਿਲਦੇ ਹਾਂ ਫਿਰ ਅਗਲੇ ਬਲੌਗ ਵਿੱਚ। ਉਦੋਂ ਤੱਕ ਲਈ ਜਦੋਂ ਤੱਕ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਔਨ ਕਰ ਲਈਓ, ਜਿੰਨਾ ਨੋਟੀਫਿਕੇਸ਼ਨ ਤੁਹਾਨੂੰ ਆਜੂਗਾ। ਅਤੇ ਹਾਂ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀ ਬਲੌਗ ਤੁਹਾਨੂੰ ਕਿੱਦਾਂ ਲੱਗਦਾ,
चलो मिलते हैं फिर अगले ब्लॉग में, उदों तक लई रब रखा, बाय बाय।